ਹੁੰਦਾ ਸੀਗਾ ਇਹ ਬਹੁਤ ਇਹਨਾਂ ਨੇ ਬਹੁਤ ਕਾਫੀ ਦਵਾਈਆਂ ਖਾਧੀਆਂ ਪਰ ਦਵਾਈ ਦੇ ਨਾਲ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਔਰ ਜਿਸ ਦੇ ਕਾਰਨ ਇਹ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਗਏ ਸੀ ਇਹ ਸਹੀ ਢੰਗ ਦੇ ਨਾਲ ਇਹ ਖੜ ਵੀ ਨਹੀਂ ਪਾਉਂਦੇ ਸੀ ਬੈਠ ਵੀ ਨਹੀਂ ਪਾਉਂਦੇ ਸੀ ਔਰ ਉਸ ਤੋਂ ਬਾਅਦ ਇਹ ਲਗਾਤਾਰ ਚਰਚ ਆਉਂਦੇ ਰਹੇ ਔਰ ਪਰਮੇਸ਼ਰ ਦੇ ਦਾਸ ਨੇ ਜਦ ਇਹਨਾਂ ਤੇ ਲੇ ਹੈਂਡ ਪ੍ਰਾਰਥਨਾ ਕੀਤੀ ਤਾਂ ਇਹਨਾਂ ਨੇ ਬਾਈ ਫੇਥ ਰਿਸੀਵ ਕੀਤਾ ਔਰ ਹੁਣ ਇਹ ਉਹਨੇ ਬਿਲਕੁਲ ਆਜ਼ਾਦ ਨੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਇਹਨਾਂ ਨੇ ਜਦ ਚੈੱਕ ਲੇ ਐਂਡ ਪ੍ਰਾਰਥਨਾ ਤੋਂ ਬਾਅਦ ਘਰ ਜਾ ਕੇ ਚੈੱਕ ਕੀਤਾ ਤਾਂ ਉਹਨੇ ਬਿਲਕੁਲ ਆਜ਼ਾਦ ਨੇ ਬਿਲਕੁਲ ਫ੍ਰੀ ਨੇ ਇਸ ਗਵਾਹੀ ਦੇ ਲਈ ਇਹ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ ਕਿਉਂਕਿ ਇਹ ਦੋ ਮੰਥ ਤੋਂ ਬਿਲਕੁਲ ਫ੍ਰੀ ਨੇ ਬਿਲਕੁਲ ਆਜ਼ਾਦ ਨੇ ਇਹ ਗੋਡਿਆਂ ਦੀ ਪ੍ਰੋਬਲਮ ਕਿੰਨੇ ਟਾਈਮ ਤੋਂ ਸੀ ਤੁਹਾਨੂੰ ਇਹ 3 ਸਾਲਾਂ ਦੀ ਅੱਛਾ 3 ਸਾਲਾਂ ਦੀ ਸੀ ਹਾਂਜੀ ਇੱਥੇ 2 ਸਾਲ ਹੋ ਗਏ ਹਾਂਜੀ ਕੋਈ ਨਾ ਲੰਮ ਦੇ ਸੀ ਪਰ ਫਿਰ ਉਹ ਨਾ ਲੱਗਣੀ ਫਿਰ ਮੇਰਾ ਪਿੰਡ ਜਾਣ ਸਾਰੇ ਪਿੰਡ ਮੇਰਾ ਭਰਾ ਲੈ ਗਿਆ ਸੀ ਆ ਕੇ ਅੱਛਾ ਫਿਰ ਮੈਂ ਦਵਾਈ 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 ਫਿਰ ਠੀਕ ਨਹੀਂ ਹੋਈ ਫਿਰ ਮੈਨੂੰ ਤਾਂ ਪਤਾ ਸੀ ਜੀ ਅਸੀਂ ਪ੍ਰਭੂ ਚ ਆਏ ਵੇ ਸੀ ਤੇ ਮੈਨੂੰ ਪਤਾ ਨਾ ਵੀ ਮੇਰੀ ਟੂ ਵੀ ਗੋਡੇ ਫੰਡ ਮੈਂ ਨਾ ਤਾਂ ਮੈਂ ਪਿਸ਼ਾਬ ਹੁੰਦਾ ਸੀ ਨਾ ਮੈਂ ਤਾਂ ਪਿਆ ਜਾਂਦਾ ਸੀ ਮੈਂ ਪਿਸ਼ਾਬ ਤੇ ਕੋਟ ਲੋ ਕੇ ਕਰਦੀ ਸੀ ਅੱਛਾ ਮਤਲਬ ਕਿ ਬੈਠਾ ਨਹੀਂ ਸੀ ਜਾਂਦਾ ਨਹੀਂ ਬੈਠਾ ਜਾਂਦਾ ਜੇ ਮਤਲਬ ਤਾਂ ਸਾਹ ਜੀ ਤੇ ਮੈਂ ਤਾਂ ਖੜੇ ਨਹੀਂ ਸੁਣਦੇ ਗੋਡੇ ਤੇ ਮੈਨੂੰ ਸਾਹ ਨਹੀਂ ਮੈਂ ਤਾਂ ਛੱਡ ਨਹੀਂ ਸੁਣਦੇ ਫਿਰ ਬਹੁਤ ਦਰਦ ਹੁਣ ਮੈਂ ਛੇ ਮਹੀਨੇ ਠੀਕ ਹੈ ਜਦੋਂ ਤੋਂ ਨਾ ਉਹ ਨਾ ਮੈਂ ਦਵਾਈ ਨਹੀਂ ਨਾ ਗੋਲੀ ਨਹੀਂ ਪ੍ਰਭੂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਅੱਛਾ ਮਤਲਬ ਪ੍ਰਭੂ ਨੇ ਸ਼ੁਕਰ ਕੇ ਤੁਹਾਨੂੰ ਚੰਗਾ ਕੀਤਾ ਹਾਂਜੀ ਕਿਨੇ ਚੰਗਾ ਕੀਤਾ ਤੁਹਾਨੂੰ ਪ੍ਰਭੂ ਜੀ ਨੇ ਪ੍ਰਭੂ ਯਿਸੂ ਮਸੀਹ ਨੇ ਸਭ ਜ਼ੋਰ ਸੇ ਤਾਰੀਫ ਕਰੋ ਹਾਂ ਹਾਂ ਜੀ ਪਰ ਉੱਠ ਬੈਠ ਕੇ ਦੇਖੋ ਹੁਣ ਛੁਟਕਾਰਾ 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 परेशान हो गए और इन्होंने गर्दन मुड़ती भी नहीं सी और इन्होंने सौन के काफी परेशानी आती सी और इन्होंने गर्दन काफी ज्यादा दर्द हों और फिर जब यह 3 तरीक 10वां महीना 2021 ਨੂੰ ਸੰਡੇ ਚਰਚ ਆਏ ਔਰ ਇਹ ਪੂਰੇ ਵਿਸ਼ਵਾਸ ਦੇ ਨਾਲ ਆਏ ਸੀ ਕਰੋ ਕਿ ਮੈਂ ਅੱਜ ਜਦ ਸੰਡੇ ਵਾਲਾ ਚਰਚ ਦੇ ਵਿੱਚ ਜਾਊਂਗੀ ਜਦੋਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਾਊਂਗੀ ਤਾਂ ਮੈਂ ਚੰਗਿਆਈ ਨੂੰ ਲੈ ਕੇ ਹੀ ਆਉਂਗੀ ਫਿਰ ਪਰਮੇਸ਼ਰ ਦੇ ਦਾਸ ਨੇ ਇਹਨਾਂ ਤੇ ਲੇ ਹੈਂਡ ਪ੍ਰਾਰਥਨਾ ਕੀਤੀ ਤਾਂ ਇਹਨਾਂ ਨੇ ਉਸ ਲੇ ਹੈਂਡ ਪ੍ਰਾਰਥਨਾ ਨੂੰ ਬਾਈ ਫੇਥ ਰਿਸੀਵ ਕੀਤਾ ਔਰ ਜਦ ਇਹਨਾਂ ਨੇ ਘਰ ਜਾ ਕੇ ਚੈੱਕ ਕੀਤਾ ਇਹ ਬਿਲਕੁਲ ਠੀਕ ਹੈ ਹੁਣ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੌਣ ਦੇ ਵਿੱਚ ਵੀ ਹੁਣ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁਣ ਇਹ ਇੱਕ ਹਫ਼ਤੇ ਤੋਂ ਬਿਲਕੁਲ ਆਜ਼ਾਦ ਇਸ ਗਰਦਨ ਦੇ ਦਰਦ ਤੋਂ ਅੱਛਾ ਸਿਸਟਰ ਹੁਣ ਤੁਸੀਂ ਬਿਲਕੁਲ ਠੀਕ ਹੋ ਹਾਂ ਜੀ ਪਾਸਟਰ ਅੱਛਾ ਬਿਲਕੁਲ ਕੋਈ ਦਰਦ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਹੈ ਕਿੰਨਾ ਸ਼ੁਕਰ ਹੈ ਪ੍ਰਭੂ ਨੇ ਤੁਹਾਨੂੰ ਕਿੰਨਾ ਹੀਲ ਕੀਤਾ ਜਾਂ ਪਾਸਟਰ ਜੀ ਤੁਸੀਂ ਲੇ ਹੈਂਡ ਪ੍ਰਾਰਥਨਾ ਕੀਤੀ ਅੱਛਾ ਅੱਛਾ ਔਰ ਉਸ ਤੋਂ ਬਾਅਦ ਕੀ ਮਹਿਸੂਸ ਹੋਇਆ ਤੁਹਾਨੂੰ ਫਿਰ ਬਾਅਦ ਵਿੱਚ ਮੈਂ ਗਾਰਡਨ ਵੀ ਹਿਲਾਇਆ ਸੀ ਪਾਸਟਰ ਜੀ ਵਧੀਆ ਹਿਲੀ ਸੀ ਇੱਕ ਵੀ ਨਹੀਂ ਸੀ ਮੋੜਦੀ ਸੀ ਪਰ ਮੈਂ ਪਿੱਛੇ ਵੀ ਮੋੜ ਕੇ ਦੇਖਿਆ ਵਧੀਆ ਮੁੜੀ ਪਰ ਦਰਦ ਵੀ ਨਹੀਂ ਹੋਇਆ ਸਭ ਤੋਂ ਉਸੇ ਤਾਰੀਫ ਅਦਭੁਤ ਗਵਾਈ ਹੈ ਕਿ ਇਹਨਾਂ ਦੇ ਲੱਤ ਦੇ ਵਿੱਚ 3-4 ਸਾਲਾਂ ਤੋਂ ਦਰਦ ਹੁੰਦਾ ਸੀਗਾ ਔਰ ਜਿਸ ਦੇ ਕਾਰਨ ਇਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਸੀਗੇ ਔਰ ਇਹਨਾਂ ਨੇ ਇਹਨਾਂ ਦੇ ਤੁਰੰਤ ਵਿੱਚ ਵੀ ਇਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਆਉਂਦੀ ਸੀਗੀ ਔਰ ਜਦ ਇਹ ਸੰਡੇ ਚਰਚ 3 ਤਰੀਕ ਦਾ 10ਵੇਂ ਮਹੀਨੇ 2021 ਨੂੰ ਆਏ ਔਰ ਪਰਮੇਸ਼ਰ ਦੇ ਦਾਸ ਜਦੋਂ ਘੋਸ਼ਣਾਵਾਂ ਕਰ ਰਹੇ ਸੀ ਤਾਂ ਇਹਨਾਂ ਨੇ ਉਸ ਘੋਸ਼ਣਾਵਾਂ ਨੂੰ ਬਾਈ ਫੇਥ ਰਿਸੀਵ ਕੀਤਾ ਔਰ ਇਹਨਾਂ ਨੇ ਜਦੋਂ ਘਰ ਜਾ ਕੇ ਚੈੱਕ ਕੀਤਾ ਔਰ ਇਹਨਾਂ ਦੇ ਲੱਤ ਦਾ ਦਰਦ ਬਿਲਕੁਲ ਜਾ ਚੁੱਕਾ ਹੈ ਹੁਣ ਇਹ ਬਿਲਕੁਲ ਫ੍ਰੀ ਨੇ ਕੋਈ ਪਰੇਸ਼ਾਨੀ ਨਹੀਂ ਆ ਇਸ ਦਵਾਈ ਦੇ ਲਈ ਪਰਮੇਸ਼ਰ ਦਾ ਤੇ ਪਰਮੇਸ਼ਰ ਦੇ ਦਾਸ ਦਾ ਧੰਨਵਾਦ ਕਰਦੇ ਨੇ ਅੱਛਾ ਹੁਣ ਤੁਸੀਂ ਬਿਲਕੁਲ ਠੀਕ ਹੋ ਹਾਂ ਕੀ ਪ੍ਰੋਬਲਮ ਆਉਂਦੀ ਸੀ ਤੁਹਾਨੂੰ ਉਹ ਜਾਦੇ ਕੰਮ ਵਾਲੀ ਮੈਂ ਕਿਹਾ ਪ੍ਰਭੂ ਅੱਗੇ ਵੀ ਤੂੰ ਹੀ ਮੈਨੂੰ ਚੰਗਾ ਕੀਤਾ ਹੁਣ ਵੀ ਤੂੰ ਹੀ ਕਹੀ ਠੀਕ ਹੈ ਹੁਣ ਮੈਂ ਗੱਲ ਕਰਦੀ ਅੱਛਾ ਕਦੋਂ ਸ਼ੁਰੂ ਹੋਇਆ ਤੁਹਾਨੂੰ ਪ੍ਰਭੂ ਨੇ ਇੱਥੇ ਸੀ ਜਿਸ ਦੇ ਮੈਂ ਪਿਛਲੇ ਸੰਡੇ ਆਇਆ ਅੱਛਾ ਇੱਕ ਨਾਮ ਤੱਕ ਕਾ ਵੱਜਿਆ ਮੈਂ ਅੱਛਾ ਮਤਲਬ ਕਿ ਜਦੋਂ ਇੱਥੋਂ ਮੈਂ ਬੋਲ ਰਿਹਾ ਸੀ ਔਰ ਹੋਲੀ ਸਪਿਰਿਟ ਨੇ ਤੁਹਾਨੂੰ ਛੁਆ ਉਹ ਤੁਸੀਂ ਗਿਰ ਗਏ ਸੀ ਹਨਾ ਓਕੇ ਉਸ ਤੋਂ ਬਾਅਦ ਚੈੱਕ ਕੀਤਾ ਤੁਸੀਂ ਤੁਹਾਡਾ ਦਰਦ ਜਾ ਚੁੱਕਾ ਹੈ ਘਰੇ ਵੀ ਦਰਦ ਹੋਇਆ ਫਿਰ ਮੈਂ ਕਿਹਾ ਪ੍ਰਭੂ ਮੈਨੂੰ ਚੰਗੀ ਕਰ ਦੇ ਓਕੇ ਹਾਂਜੀ ਹੁਣ ਗੱਲ ਕਰ ਅੱਛਾ ਪਰ ਜਦ ਤੁਸੀਂ ਚੈੱਕ ਕੀਤਾ ਔਰ ਉਸ ਟਾਈਮ ਦਰਦ ਹੋ ਰਿਹਾ ਸੀ ਪਰ ਤੁਸੀਂ ਫੇਥ ਦੇ ਨਾਲ ਬੋਲਿਆ ਵਿਸ਼ਵਾਸ ਕੀਤਾ ਕਿ ਪ੍ਰਭੂ ਨੇ ਦਿਸ਼ਾ ਮਤਲਬ ਠੀਕ ਹੈ ਅੱਛਾ ਹੁਣ ਬਿਲਕੁਲ ਠੀਕ ਹੈ ਸਭ ਜੋਰ ਸੇ ਤਾਰੀਫ ਕਰ ਮੈਂ ਗਏ ਸੀਗੇ ਔਰ ਇਹਨਾਂ ਨੇ ਪੈਸੇ ਵੀ ਭਰ ਦਿੱਤੇ ਸੀਗੇ ਪਾਸਪੋਰਟ ਅਪਲਾਈ ਕਰਨਾ ਤੇ
पर इन्हों का आधार कार्ड नहीं सी। जब उन्होंने आधार कार्ड मंगया और इन्होंने आधार कार्ड अपना बनाना दिता हुआ शॉप से, और फिर उस तो बाद शॉप तो आधार कार्ड एक जो मंगन गए तो पर शॉप वाले ने कहा कि सारे के आधार कार्ड मिल रहे पर थोड़ा आधार कार्ड नहीं निकल पा रहा, भी शायद बनया नहीं है थोड़ा आधार कार्ड। फिर यह सारा दिन शॉप से बैठे रहे और इन्होंने यह आस थी कि हुण भी निकलूगा, हुण भी आधार कार्ड सानू मिलेगा, पर इन्हों आधार कार्ड नहीं मिला। और फिर दूजे दिन क्योंकि इन्होंने पासपोर्ट अप्लाई करने लिए जाना सीगा, और उस तो बाद फिर जो एक घर आए तो बहुत ही ज़्यादा परेशान हो गए सके क्योंकि इन्होंने कल नू ही जाना सीगा, आधार कार्ड इन्हें नहीं मिल पा रहा सीगा। और फिर इन्होंने रात को परमेश्वर के दास को कॉल की और प्रार्थना करवाई, तो परमेश्वर के दास ने इन्होंने एक शब्द दिता कि तुसी विश्वास रखो तो थोड़ा कल नू जान तो पहला थानू आधार कार्ड थोड़ा मिल जाएगा, तुहानू पहला मिल जाएगा। फिर उस तो बाद इन्होंने 29 तरीक 9वें महीने जो 2021 जलंधर पासपोर्ट लई अप्लाई करने जाना सी, तां इन्हां दे रस्ते दे विच ही शॉप वाले ने इन्हां नू कॉल की और फोन किया कि तुहाडा आधार कार्ड बन गया है तुसी लै जाओ। और उस तो बाद इन्होंने फोन दे उत्ते व्हाट्सएप किया और इन्होंने आधार कार्ड इन्होंने कढ़वाया और पासपोर्ट भी अप्लाई हो गया। और उस प्रार्थना के बाद दूजे दिन ही इंक्वायरी के लिए भी आ गए इन्हें घर के विच, और इस गवाही के लिए परमेश्वर का परमेश्वर के दास का धन्यवाद करते हैं। सब जोर से तारीफ करें, जोर से। हालेलुया। इस सिस्टर का नाम मनजीत कौर है, ये पिंड मलिया वाला जिला मोगा के रहने वाले ने। इन्हें दे जीवन की अद्भुत गवाही है कि इन्हें पट के बहुत ही ज़्यादा दर्द होंदा सी और ये दर्द इन्होंने 6 महीने तो सीगा, और जिसके कारण ये बहुत ही ज़्यादा परेशान से क्योंकि ये दर्द इन्होंने कदे भी एकदम दर्द इन्हें शुरू हो जाता सीगा। और फिर उस तो बाद इन्होंने सिस्टर ने इन्होंने झंडे वाला चर्च के बारे दसिया और इन्होंने घर तो ही विश्वास किया कि हाँ मैं विश्वास करती हूँ कि जब मैं चर्च जावगी तो मैं चंकी हो जावगी, और इन्होंने कोई दवाई भी नहीं खाधी। और परमेश्वर के दास तो जब 3 तरीक को और 10वें महीने 2021 जब इन्होंने ले हैंड किया संडे चर्च के बच्चे और इन्होंने बाई फेथ रिसीव किया तो उन्हें बिल्कुल फ्री ने, इन्हें कोई दर्द नहीं होता, उन्हें पिछले 1 हफ्ते तो बिल्कुल ठीक है, बिल्कुल इन्हें दर्द नहीं है। इस गवाही के लिए परमेश्वर का परमेश्वर के दास का धन्यवाद करते हैं। और इन्होंने जीवन की दूसरी गवाही यह है कि इन्हों के बेटे का कोई भी काम नहीं चलता सीगा और इन्होंने बेटे को कोई भी काम नहीं मिलता सीगा, 6 महीने हो गए सी वह घर ही रहते सीगे और कोई काम नहीं मिलता सीगा। फिर इन्होंने संडे चर्च जो आते सी ता ए परमेश्वर के भवन के आ के प्रार्थना करते होंगे कि मेरे बेटे को भी काम मिल जाए, तो हम उस तो बाद प्रार्थना रिसीव करते रहे और भवन के आके जब प्रार्थना करते रहे अपने बेटे के लिए कि परमेश्वर उन्होंने काम मिल जाए। और उस तो बाद इन्होंने बेटे को पेंटर का काम मिलया है और वो काम के नाल बिल्कुल ब्लैस ने। हालेलुया। सब से जोर का तारीफ, मतलब जो तो दर्द होंगे सी कितने टाइम तो दर्द हो रहा सी? अच्छा 5-6 महीने हो गए सी। मतलब फिर की प्रॉब्लम आती सी तुहानू इस दर्द के द्वारा? बहुत ज्यादा। अच्छा जी, अच्छा बिल्कुल ठीक है, कोई दर्द नहीं? अच्छा, परमेश्वर ने तुहानू छुए और चंगा किया। और उस तो बाद लिखा कि तुसी अपने बेटे के लिए प्रार्थना करते सी, है ना? अच्छा, भवन के आके इतने चर्च के आके भी प्रार्थना करते सी कि उन्होंने काम मिले कोई भी? ठीक है, उन्हें इस टाइम उन्होंने काम मिल चुका? सब जोर से तारीफ करें, जोर से। राजपुरा जिला पटियाला तो आए ने, 2 हफ्ते हो गए इन्होंने चर्च के आते, और चर्च तो आने तो पहला इन्होंने बच्चे नू जशन की इन्होंने गवाही है और उन्होंने चर्च आने तो पहला 3-4 दिन तो उल्टियां सी और लूज मोशन सीगा, कुछ भी खाता सी, कुछ भी नहीं पचता सीगा। और जब पिछले संडे चर्च के आए और चर्च आने तो बाद तुरंत इन्होंने बच्चा ठीक हो गया और हुण 1 हफ्ते तो बिल्कुल फ्री, इन्होंने कोई भी प्रॉब्लम नहीं है। सब जोर से तारीफ करें, इसलिए कह रहे हैं कुछ प्रॉब्लम आती हैं क्योंकि अभी घर जाके उन्होंने चेक कर सकते हैं। हालेलुया। और परमेश्वर तुहानू हील कर चुका। सब जोर से तारीफ करे, जोर से, जोर से।